ਵਿਧਾਨ ਸਭਾ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਉਣ ਵਾਲਾ ਹੈ। ਨਤੀਜੇ ਤੋਂ ਤਕਰੀਬਨ 5 ਦਿਨ ਬਾਕੀ ਰਹਿ ਚੁੱਕੇ ਨੇ। ਇਸ ਸੰਬੰਧ ਦੇ ਵਿੱਚ DC ਗੁਰਦਾਸਪੁਰ ਦੇ ਵੱਲੋਂ 11 ਮਾਰਚ ਨੂੰ ਹੋਣ ਜਾ ਰਹੀ ਚੋਣਾਂ ਦੀ ਗਿਣਤੀ ਦੇ ਲਈ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਕੈਂਡੀਡੇਟਸ ਅਤੇ ਰਿਟਰਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਆ। ਜਿਨ੍ਹਾਂ ਨੂੰ ਕਿ ਪੂਰੇ ਕੇ ਪੂਰੇ ਕਾਊਂਟਿੰਗ ਪ੍ਰੋਸੈਸ ਕਿਸ ਤਰ੍ਹਾਂ ਕਾਊਂਟਿੰਗ ਸੈਂਟਰ ਪ੍ਰਿਪੇਅਰ ਕਰਨੇ ਹਨ ਔਰ ਕਿਹੜੇ ਉਹ ਆਪਣੇ ਕਾਊਂਟਿੰਗ ਏਜੰਟਸ ਵਗੈਰਾ ਕਿਸ ਤਰ੍ਹਾਂ ਨੋਮੀਨੇਟ ਕਰ ਸਕਦੇ ਹਨ, ਕਿਹਨਾਂ ਕਿਹਨਾਂ ਨੂੰ ਬਣਾ ਸਕਦੇ ਹਨ, ਕੀ ਪ੍ਰੋਸੈਸ ਰਹੂਗਾ ਕਾਊਂਟਿੰਗ ਦਾ, ਕਿੰਨੇ ਵਜੇ ਚਾਲੂ ਹੋਊਗਾ, ਸਟਰੋਂਗ ਰੂਮ ਕਿੰਨੇ ਵਜੇ ਖੋਲ੍ਹਿਆ ਜਾਵੇਗਾ, ਜੋ ਵੀ ਪ੍ਰੋਸੈਸਿਸ ਹੁੰਦੇ ਹੈ ਉਹਨਾਂ ਸਾਰਿਆਂ ਦੇ ਬਾਰੇ ਉਹਨਾਂ ਨੂੰ ਦੱਸਿਆ ਹੈਗਾ। ਇਸ ਤੋਂ ਇਲਾਵਾ ਉਹਨਾਂ ਨੂੰ ਸਟਰੋਂਗ ਰੂਮ ਜਿਹੜੇ ਬਣੇ ਹੋਏ ਹਨ ਉਹਨਾਂ ਦੀ ਸੁਰੱਖਿਆ ਦੇ ਬਾਬਤ, ਜੇ ਕਿਸੇ ਦੀ ਕੋਈ ਵਰੀ ਲਿਸਟ ਹੈਗੀ, ਕੋਈ ਪਰੇਸ਼ਾਨੀ ਹੈਗੀ, ਕੋਈ ਕਨਫਿਊਜ਼ਨ ਹੈਗਾ, ਉਹਦੇ ਬਾਬਤ ਉਹਨਾਂ ਦੇ ਡਾਊਟਸ ਕਲੈਰੀਫਾਈ ਕਰਨ ਵਾਸਤੇ ਮੀਟਿੰਗ ਸੱਦੀ ਗਈ ਸੀ, ਜਿਹਦੇ ਵਿੱਚ ਉਹਨਾਂ ਨੂੰ ਪੂਰਾ ਦਾ ਪੂਰਾ ਪ੍ਰੋਸੈਸ ਔਰ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ, ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਵਗੈਰਾ ਜਿਹੜੀਆਂ ਹੈਗੀਆਂ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਗਿਆ। ਇਹ ਆਪਣਾ ਸੁਖਜਿੰਦਰਾ ਕਾਲਜ ਜਿਹੜਾ ਹੈਗਾ ਉਹਦੇ ਵਿੱਚ ਹੀ 7 ਕਾਊਂਟਿੰਗ ਸੈਂਟਰ ਜਿਹੜੇ ਹੈਗੇ ਉਹ ਬਣਾਏ ਗਏ ਹਨ। ਹਰੇਕ ਕੋਨਸਟੀਟੂਐਂਸੀ ਦੇ ਵਾਸਤੇ ਵੱਖਰਾ ਕਾਊਂਟਿੰਗ ਸੈਂਟਰ ਜਿਹੜਾ ਹੈਗਾ ਉਹ ਇਸਟੈਬਲਿਸ਼ ਕੀਤਾ ਗਿਆ ਹੈ। ਕਾਊਂਟਿੰਗ 7 ਕੋਨਸਟੀਟੂਐਂਸੀਆਂ ਦੀ ਇੱਕੋ ਹੀ ਸਮੇਂ 8 ਜਿਹੜਾ ਹੈਗਾ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਫਿਕਸ ਕੀਤਾ ਗਿਆ ਹੈ, ਉਹ 8 ਸਾਰੇ ਦੇ ਸਾਰੇ ਕਾਊਂਟਿੰਗ ਸੈਂਟਰਾਂ ਦੇ ਵਿੱਚ 7 ਕੋਨਸਟੀਟੂਐਂਸੀਆਂ ਦੀ ਕਾਊਂਟਿੰਗ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਜਾਵੇਗੀ। ਪਹਿਲਾਂ ਪੋਸਟਲ ਬੈਲਟਾਂ ਦੀ ਕਾਊਂਟ ਹੋਵੇਗੀ ਔਰ ਉਸ ਤੋਂ ਬਾਅਦ ਜਿਹੜੀ ਹੈਗੀ EVM ਦੀ ਕਾਊਂਟਿੰਗ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਜਾਵੇਗੀ ਔਰ ਇਹਦੇ ਵਾਸਤੇ ਪ੍ਰੋਪਰ ਅਰੇਂਜਮੈਂਟ ਜਿਹੜੇ ਹੈਗੇ ਕਾਊਂਟਿੰਗ ਸਟਾਫ ਵਗੈਰਾ ਜਿਹੜਾ ਹੈ ਉਹ ਵੀ ਆਈਡੈਂਟੀਫਾਈ ਕਰ ਲਿਆ ਗਿਆ ਹੈ ਅਤੇ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈਗੀ ਪੈਰਲਲੀ ਚੱਲ ਰਹੀ ਹੈ। ਮੀਡੀਆ ਦੇ ਵਾਸਤੇ ਇੱਕ ਮੀਡੀਆ ਸੈਂਟਰ ਜਿਹੜਾ ਹੈਗਾ ਉਹ ਇਸਟੈਬਲਿਸ਼ ਕਰਨਾ ਹੁੰਦਾ ਹੈ, ਉਹ ਵੀ ਅਸੀਂ ਆਈਡੈਂਟੀਫਾਈ ਕਰ ਲਈ ਹੈ ਥਾਂ ਜਿੱਥੇ ਕਿ ਮੀਡੀਆ ਜਿਹੜਾ ਹੈਗਾ ਉਹ ਉੱਥੇ ਪੈ ਸਕਦਾ ਹੈ ਔਰ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਇੱਥੇ ਪ੍ਰੋਵਾਈਡ ਕੀਤੀ ਜਾਵੇਗੀ ਉਸ ਸੈਂਟਰ 'ਤੇ। ਉਹਨਾਂ ਦੇ ਵਾਸਤੇ ਇੰਟਰਨੈਟ ਔਰ ਜੋ ਵੀ ਅਦਰ ਫੈਸਿਲਿਟੀ ਜਿਹੜੀਆਂ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ। ਹਰ ਇੱਕ ਰਾਊਂਡ ਵਾਈਜ਼ ਰਿਜ਼ਲਟ ਉੱਥੇ ਤੱਕ ਪਹੁੰਚਾਉਣ ਦਾ ਜਿਹੜਾ ਹੈ ਉਹ ਵੀ ਅਸੀਂ ਇੰਤਜ਼ਾਮ ਕਰ ਲਿਆ ਹੈਗਾ, ਬੰਦੇ ਆਈਡੈਂਟੀਫਾਈ ਕਰ ਲਏ ਜਿਹੜੇ ਕਿ ਹਰ ਰਾਊਂਡ ਵਾਈਜ਼ ਹਰੇਕ ਕਾਊਂਟਿੰਗ ਸੈਂਟਰ ਤੋਂ ਇਨਫੋਰਮੇਸ਼ਨ ਜਿਹੜੀ ਹੈਗੀ ਮੀਡੀਆ ਸੈਂਟਰ ਤੱਕ ਭੇਜਦੇ ਰਹਾਂਗੇ, ਜੋ ਕਿ ਅੱਗੇ ਇਸ ਨੂੰ ਆਪਣੇ ਆਪਣੇ TV ਚੈਨਲ ਜਾਂ ਜੋ ਵੀ ਉਹਨਾਂ ਦਾ ਸਿਸਟਮ ਹੈਗਾ ਉੱਥੇ ਉਸਨੂੰ ਭੇਜ ਸਕਣ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਜਗਤ ਸੇਵਕ ਵੈਬ TV।